ਵਤਨ ਦੂਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕੈਪਟਨ ਅਮਰਿੰਦਰ ਸਿੰਘ ਦੀਆਂ ਡਰਾਵੇ ਅਤੇ ਅੜੀਆਂ ਨੂੰ ਭਰੇ ਧਕੇਲ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਵਾਲੀ ਕੁਰਸੀ ਤੱਕ ਪੁੱਜੇ ਨਵਜੋਤ ਸਿੰਘ ਸਿੱਧੂ ਭਾਵੇਂ ਅੱਜ ਆਪਣੇ ਹਿਮਾਇਤਾਂ ਨਾਲ ਜਸ਼ਨਾਂ ਵਿੱਚ ਮਸ਼ਰੂਫ ਹਨ, ਪਰ ਸਿੱਧੂ ਇਹ ਨਾ ਭੁੱਲੇ ਕਿ ਪ੍ਰਧਾਨਗੀ ਵਾਲੀ ਇਹ ਕੁਰਸੀ ਉਹਨਾਂ ਲਈ ਕੰਡਿਆਂ ਵਾਲਾ ਮੇਜ਼ ਵੀ ਸਾਬਿਤ ਹੋ ਸਕਦੀ ਹੈ। ਸੋਨੀਆ ਦਰਬਾਰ ਵਿੱਚ ਬੈਠੇ ਕੈਪਟਨ ਦੀਆਂ ਅਸਫਲਤਾਵਾਂ ਵਾਲੀ ਦਲੀਲ ਦੇ ਕੇ ਗਾਂਧੀ ਪਰਿਵਾਰ ਨੂੰ ਆਪਣੇ ਹੱਕ ਵਿੱਚ ਕਰਕੇ ਪ੍ਰਧਾਨਗੀ ਵਾਲੇ ਅਹੁਦਾ ਲੈਣ ਵਾਲੇ ਨਵਜੋਤ ਸਿੰਘ ਸਿੱਧੂ ਮੂਰੇ ਅਨੇਕਾਂ ਚੁਣੌਤੀਆਂ ਮੂੰਹ ਅੱਡੀਆਂ ਖੜੀਆਂ ਹਨ। ਪੰਜਾਬ ਦੇ ਲੋਕਾਂ ਦੇ ਅਣਸੁਲਝੇ ਚੱਲੇ ਆ ਰਹੇ ਮੁੱਦਿਆਂ ਦੀ ਰਾਮ ਦੁਹਾਈ ਪਾ ਕੇ ਪੰਜਾਬੀਆਂ ਦੇ ਦਿਲਾਂ ਵਿੱਚ ਇੱਕ ਸਤਿਕਾਰਿਕ ਥਾਂ ਬਣਾ ਲੈਣ ਵਾਲੇ ਨਵਜੋਤ ਸਿੰਘ ਸਿੱਧੂ ਮੂਰੇ ਸਭ ਤੋਂ ਵੱਡੀ ਚੁਣੌਤੀ ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ਾਂ ਨੂੰ ਕਟਹਿਰੇ ਵਿੱਚ ਖੜ੍ਹੇ ਕਰਕੇ ਸਜ਼ਾ ਦਿਵਾਉਣੀ ਹੋਵੇਗੀ। ਜਦਕਿ ਮਾਈਨਿੰਗ, ਟਰਾਂਸਪੋਰਟ ਅਤੇ ਨਸ਼ੇ ਦੇ ਸਮੱਗਲਰਾਂ ਨੂੰ ਨੱਥ ਪਾਉਣੀ ਵੀ ਉਹਨਾਂ ਮੂਹਰੇ ਇੱਕ ਵੱਡੀ ਚੁਣੌਤੀ ਬਣੇਗੀ। ਕੈਪਟਨ ਅਮਰਿੰਦਰ ਸਿੰਘ ਨੂੰ ਬਾਦਲ ਨਾਲ ਸਾਂਝ ਪੁਗਾਉਣ ਵਾਲਾ, ਪੰਜਾਬ ਦਾ ਦੋਖੀ ਦੱਸਣ ਵਾਲੇ ਸਿੱਧੂ ਨੂੰ ਬਾਦਲ ਦੇ ਗੁਨਾਹਾਂ ਦੀ ਸਜ਼ਾ ਲਈ ਇੱਕ ਸਖ਼ਤ ਸਟੈਂਡ ਲੈਣਾ ਹੋਵੇਗਾ। ਨਵਜੋਤ ਸਿੰਘ ਸਿੱਧੂ ਕੋਲੋਂ ਲੋਕਾਂ ਦੀ ਉਮੀਦਾਂ 'ਤੇ ਪੂਰਾ ਉਤਰਨ ਲਈ ਬਹੁਤ ਹੀ ਘੱਟ ਸਮਾਂ ਬਾਕੀ ਹੈ। ਜੇਕਰ ਉਹ ਆਪਣੇ ਖੇਮੇ ਦੀ ਮਜ਼ਬੂਤੀ ਲਈ ਭੱਜ ਦੌੜ ਕਰਦੇ ਰਹੇ ਤਾਂ ਉਹਨਾਂ ਕੋਲ ਆਪਣੇ ਮੁੱਦਿਆਂ ਨੂੰ ਸੁਲਝਾਉਣ ਲਈ ਬਹੁਤ ਹੀ ਘੱਟ ਸਮਾਂ ਬਚੇਗਾ। ਇਹ ਗੱਲ ਵੀ ਹੈ ਕਿ ਉੱਧਰ ਕੈਪਟਨ ਵੀ ਆਪਣੇ ਸੁਭਾਅ ਦਾ ਅੜੀਅਲ ਹੈ, ਜੋ ਛੇਤੀ ਨਵਜੋਤ ਸਿੰਘ ਸਿੱਧੂ ਦੇ ਪੈਰ ਨਹੀਂ ਲੱਗਣ ਦੇਵੇਗਾ। ਕੈਪਟਨ ਅਮਰਿੰਦਰ ਸਿੰਘ ਦੀ ਹੋਮੇ ਕਾਰਨ ਨਾਰਾਜ਼ ਚੱਲੇ ਆ ਰਹੇ ਵੱਡੀ ਗਿਣਤੀ ਦੇ ਵਿਧਾਇਕ ਅਤੇ ਆਗੂਆਂ ਵਿੱਚੋਂ ਬਹੁਗਿਣਤੀ ਅਜਿਹੇ ਵਿਧਾਇਕ ਹਨ ਜਿਹੜੀ ਹੌਲੀ ਹੌਲੀ ਕਰਕੇ ਕੈਪਟਨ ਖੇਮੇ ਵਿੱਚੋਂ ਖਿਸਕਦੇ ਨਜ਼ਰ ਆ ਰਹੇ ਨੇ। ਖਿਸਕਣ ਵਾਲੇ ਨਾਰਾਜ਼ ਵਿਧਾਇਕ ਸਿੱਧੇ ਹੀ ਸਿੱਧੂ ਦੇ ਆਲੇ ਦੁਆਲੇ ਇਕੱਠੇ ਹੋ ਰਹੇ ਨੇ। ਕਾਫੀ ਵਿਧਾਇਕ ਅਤੇ ਮੰਤਰੀ ਦੀਆਂ ਅਤੇ ਸਿੱਧੂ ਨਾਲ ਕਈ ਬੈਠਕਾਂ ਵੀ ਹੋ ਚੁੱਕੀਆਂ ਨੇ। ਅਜਿਹੇ ਵਿਧਾਇਕ ਤਾਂ ਹੁਣ ਡੰਕੇ ਦੀ ਚੋਟ ਨਾਲ ਸਿੱਧੂ ਦੀ ਅਗਵਾਈ ਕਬੂਲ ਕਰਕੇ ਇਸ ਤਰ੍ਹਾਂ ਕੈਪਟਨ ਨੂੰ ਅੰਗੂਠਾ ਦਿਖਾ ਰਹੇ ਨੇ। ਆਪਾਂ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦੇ ਨਾਲ ਕੈਪਟਨ ਨੂੰ ਅੰਗੂਠਾ ਦਿਖਾ ਰਹੇ ਨੇ।